ਪੱਟੀ ਸ਼ਹਿਰ ਵਿਖੇ ਕੋਰੀਅਰ ਦਾ ਕੰਮ ਕਰਨ ਵਾਲੇ ਵਿਅਕਤੀ ਤੇ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰ ਵਿਖਾ ਕੇ ਨਗਦੀ ਕੋਰੀਅਰ ਸਮਾਨ ਤੇ ਕੀਮਤੀ ਕੈਮਰੇ ਖੋ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਿਸ਼ਾਲ ਕਲੋਨੀ ਪੱਟੀ ਨੇ ਦੱਸਿਆ ਕਿ ਮੈਂ ਫਲਿੱਪਕਾਰਟ ਕੋਰੀਅਰ ਕੰਪਨੀ ਵਿੱਚ ਕੋਰੀਅਰ ਸਪਲਾਈ ਕਰਨ ਦਾ ਕੰਮ ਕਰਦਾ ਹਾਂ ਅਤੇ ਦੁਪਹਿਰ 2 ਵਜੇ ਦੇ ਕਰੀਬ ਮੈਂ ਹਰਮਨਪ੍ਰੀਤ ਸਿੰਘ ਦਾ ਕੋਰੀਅਰ ਦੇਣ ਕੁੱਲਾ ਰੋਡ ਪੱਟੀ ਨੇੜੇ ਨਾਗਾਂ ਵਾਲਾ ਵਿਖੇ ਬਾਗ ਕੋਲ ਪਹੁੰਚਿਆ ਤਾਂ ਉਸ ਥਾਂ 'ਤੇ ਹਰਮਨਪ੍ਰੀਤ ਸਿੰਘ ਅਤੇ ਉਸਦਾ ਇੱਕ ਹੋਰ ਦੋਸਤ ਅਤੇ ਮੈਨੂੰ ਪਿਸਟਲ ਦਿਖਾ ਕੇ 60,000 ਤੋਂ 40,000 ਕੀਮਤ ਦੇ ਕੋਰੀਅਰ ਖੋਹ ਲਏ। ਜੇਬ ਵਿੱਚ ਕਰੀਬ 5,000 ਰੁਪਏ ਨਕਦੀ ਵੀ ਕੱਢ ਲਈ ਅਤੇ ਮੇਰੀ ਕੁੱਟਮਾਰ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੱਟੀ ਪੁਲਿਸ ਨੂੰ ਦਿੱਤੀ ਗਈ ਹੈ। ASI ਸੰਤੋਖ ਸਿੰਘ ਨੇ ਦੱਸਿਆ ਕਿ CCTV ਕੈਮਰੇ ਦੀ ਫੁਟੇਜ ਵੇਖੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਂਜੀ, ਕੀ ਨਾਮ ਜੀ ਤੁਹਾਡਾ? ਤੇਜਿੰਦਰ ਸਿੰਘ। ਹਾਂਜੀ, ਕੀ ਕੰਮ ਕਰਦੇ ਹੋ? ਮੈਂ ਫਲਿੱਪਕਾਰਟ ਦੀ ਕੰਪਨੀ। ਕੀ ਉਹ ਗੱਲ ਹੋਈ ਆ? ਐਸਾ ਕੋਰੀਅਰ ਆਇਆ ਸੀ ਉਹਨਾਂ ਦਾ। ਕਿੱਥੋਂ ਜੀ? ਕੁੱਲਾ ਰੋਡ ਚਿਲਡਰਨ ਹੋਸਪਿਟਲ ਦੇ ਅਗਲੇ ਪਾਸੇ ਉਹਦੇ ਪੁਲੀ ਜੀ ਹੁੰਦੀ ਆ, ਉੱਥੋਂ ਦਾ ਹੀ ਉਹਨਾਂ ਐਡਰੈਸ ਦਿੱਤਾ ਹੋਇਆ ਸੀ ਉੱਥੇ। ਅੱਛਾ ਜੀ। ਉਹਨਾਂ ਨੇ ਫੋਨ ਕੀਤਾ, ਉਹ ਕਹਿੰਦੇ ਇੱਥੇ ਆ ਕੇ ਸਾਡੀਆਂ ਪਿੱਛੇ ਬੈਂਕਾਂ ਹੈਗੀਆਂ ਨਾਲ ਹੀ, ਉੱਥੇ ਕੋਰੀਅਰ ਦੇ ਜਵਾਬ ਦੇ ਆ ਗਏ ਅਤੇ ਜਦੋਂ ਕੋਰੀਅਰ ਦੇਣ ਗਿਆ ਉੱਥੇ ਉਹਨਾਂ ਨੇ ਮੇਰੇ ਤੋਂ ਕੋਰੀਅਰ ਲੈ ਲਏ ਅਤੇ ਬਾਅਦ 'ਚੋਂ ਡਾਂਗਾ ਮਾਰਨੀਆਂ ਸ਼ੁਰੂ ਕਰਤੀਆਂ। ਮੱਗ ਆਇਆ ਉਹਦਾ ਨਾਲ ਪਿਸਟਲ ਕੱਢ ਲਿਆ, ਬਾਅਦ 'ਚੋਂ ਨਾਲ ਹੀ ਅਤੇ ਬੈਗ ਖੋਹ ਕੇ ਲੱਗੇ, ਨਾਲ ਪੈਕ ਹੋ ਕੇ ਲੱਗੇ। ਬੈਗ 'ਚ ਕੀ ਸੀ? ਬੈਗ 'ਚੋਂ ਪ੍ਰੋਡਕਟ ਸੀ 1,00,000 ਰੁਪਏ। ਠੀਕ ਹੀ ਅਤੇ ਸਰ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਜਿਹੜੇ ਕੰਮ ਜਿਹਨਾਂ ਨੇ ਮੰਗਵਾਇਆ। ਕਿੱਥੇ ਆਏ ਸੀ? ਬੁਲਟ ਮੋਟਰਸਾਈਕਲ ਸੀ ਉਹਨਾਂ ਕੋਲ। ਕੋਲ ਕੀ ਉਹਨਾਂ ਦੇ ਹਥਿਆਰ ਕੋਈ ਹੈਗਾ? ਇੱਕ ਪਿਸਟਲ ਸੀ ਕੋਲ। ਅੱਛਾ, ਹੋਰ? ਹਾਂਜੀ, ਨਾਲ ਡਾਂਗ ਇੱਕ ਡਾਂਗ ਸੀਗੀ, ਡਾਂਗਾ ਡੂੰਗਾ ਮਾਰ ਕੇ। ਕੀ ਤੁਹਾਡੇ ਕੋਲ? ਹਾਂਜੀ, ਤੁਹਾਡੇ ਕੋਲ ਨਕਦੀ? ਹਾਂਜੀ। ਉਹ ਵੀ ਲੈ ਗਏ? ਤੁਹਾਡੇ ਮੁੰਨੇ ਸੀ ਸਰਦਾਰ? ਇਹ ਮੁੰਨੇ ਕਿ ਤੁਹਾਨੂੰ ਨਹੀਂ ਮੁੰਨੇ? ਮੁੰਨੇ ਨਹੀਂ ਮੁੰਨੇ ਸੀ ਨਹੀਂ। ਉਮਰ ਕੋਈ ਲਗਭਗ ਕਿੰਨੀ ਸੀ? ਉਮਰ 25 ਸਾਲ ਦੀ ਹੋਣੀ। ਨਕਦੀ ਕਿੰਨੀ ਸੀ? 5,000 ਰੁਪਏ ਖੋ ਕੇ ਲੱਗੇ, ਬਾਕੀ ਨਹੀਂ। ਬਾਕੀ ਹੈ ਮੋਬਾਈਲ? ਮੋਬਾਈਲ ਹੈਗਾ। ਉਹ ਜਿਹੜਾ ਤੁਸੀਂ ਦੇਣਗੇ ਉਹ ਕਿਸੇ ਦੇ ਘਰੇ ਸੀ ਕਿ ਬਾਹਰ? ਉਹ ਸੜਕ 'ਤੇ ਹੀ ਲਿਆ ਤੁਹਾਡੇ ਕੋਲ? ਕੋਰੀਅਰ ਸੜਕ 'ਤੇ ਲਿਆ, ਉਹਨਾਂ ਨੇ ਕਹਿੰਦੇ ਸੜਕ 'ਤੇ ਆ ਜਾਂਦੇ ਹਾਂ, ਮੈਂ ਤੁਸੀਂ ਮੇਨ ਰੋਡ 'ਤੇ ਆ ਜਾਓ। ਟੋਟਲ ਕਿੰਨਾ ਅੰਦਾਜ਼ਨ ਨੁਕਸਾਨ ਕੀਤਾ ਇਹਨਾਂ ਨੇ? ਲੁੱਟ ਖੋਹ ਕਿੰਨੇ ਦੀ ਕੀਤੀ ਹੈ? 1,00,000 ਰੁਪਏ। 1,00,000 ਰੁਪਏ ਦੇ ਲਗਭਗ? ਤੁਹਾਨੂੰ ਹੋਰ ਕੋਈ ਮਾਰਿਆ ਕੁੱਟਿਆ ਇਹਨਾਂ ਨੇ? ਨਿਸ਼ਾਨ?